ਅਸੀਂ ਸਕੂਲ ਬਾਰੇ ਬਹੁਤ ਸੁਣਿਆ ਸੀ ਬਟ ਜਦੋਂ ਅਸੀਂ ਇੱਥੇ ਵਿਜ਼ਿਟ ਕੀਤਾ ਅਸੀਂ ਉਸ ਤੋਂ ਵੀ ਕੁਝ ਵੱਧ ਕੇ ਆਇਆ ਸਾਨੂੰ ਸੀ ਕਿ ਸਾਡਾ ਬੇਟਾ ਪੜ੍ਹਾਈ ਵਿੱਚ ਸਪੋਰਟਸ ਵਿੱਚ ਤੇ ਕੀਰਤਨ ਗੁਰਬਾਣੀ ਵਿੱਚ ਵੀ ਅੱਗੇ ਜਾਵੇ ਤੇ ਸਾਨੂੰ ਉਹ ਸਭ ਕੁਝ ਇੱਥੇ ਮਿਲਿਆ ਇਹ ਸਕੂਲ ਦੇ ਵਿੱਚ ਬਹੁਤ ਵਧੀਆ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਕਿਉਂਕਿ ਪੜ੍ਹਾਈ ਦੇ ਨਾਲ ਨਾਲ ਗਤੀਵਿਧੀਆਂ ਵੀ ਜ਼ਰੂਰੀ ਹਨ ਜੋ ਕਿ ਬੱਚਿਆਂ ਨੂੰ ਉਤਸ਼ਾਹਿਤ ਕਰਦੀਆਂ ਹਨ ਬੈਨਾਂ ਦਾ ਬਹੁਤ ਸੋਹਣਾ ਪ੍ਰਬੰਧ ਹੈ ਵਧੀਆ ਡਰਾਈਵਰ ਨੇ ਬੱਚਿਆਂ ਦੇ ਆਉਣ ਜਾਣ ਦਾ ਬੱਚਿਆਂ ਨੂੰ ਲੈ ਕੇ ਆਉਣ ਦਾ ਲੈ ਕੇ ਜਾਣ ਦਾ ਬਹੁਤ ਸੋਹਣਾ ਢੰਗ ਹੈ ਜੀ ਅਸੀਂ ਜੋ ਵੀ ਸਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਜਦੋਂ ਅਸੀਂ ਸਕੂਲ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਬਾਰੇ ਫੋਨ ਕਰਦੇ ਹਾਂ ਟੀਚਰ ਨੂੰ ਕਰਦੇ ਹਾਂ ਪ੍ਰਿੰਸੀਪਲ ਮੈਮ ਨੂੰ ਕਰਦੇ ਹਾਂ ਬਹੁਤ ਸੋਹਣੇ ਢੰਗ ਨਾਲ ਸਾਡੇ ਫੋਨ ਨੂੰ ਅਟੈਂਡ ਕਰਦੇ ਆ ਸੁਣਦੇ ਆ ਹਰ ਇੱਕ ਪ੍ਰੋਬਲਮ ਨੂੰ ਸਾਡੀ ਨੂੰ ਸੋਲਵ ਕਰਦੇ ਆ ਇਸ ਸਕੂਲ ਦਾ ਜਿਹੜਾ ਸਟਾਫ ਆ ਉਹ ਬਹੁਤ ਹੀ ਜ਼ਿਆਦਾ ਕੇਅਰਿੰਗ ਆ ਮੇਰੇ ਬੱਚਿਆਂ ਨੂੰ ਕੋਈ ਵੀ ਛੋਟੀ ਤੋਂ ਛੋਟੀ ਪ੍ਰੋਬਲਮਸ ਹੁੰਦੀ ਆ ਤਾਂ ਉਹ ਸਟਾਫ ਖੁਦ ਟੀਚਰ ਸਾਹਿਬਾਨ ਜਿਹੜੇ ਹੈਗੇ ਆ ਉਹ ਮੇਰੇ ਨਾਲ ਮਤਲਬ ਸ਼ੇਅਰ ਕਰਦੇ ਨੇ ਅਤੇ ਮੇਰੇ ਚਾਰੋਂ ਬੱਚਿਆਂ ਨੂੰ ਇਸ ਟਾਈਮ ਸਟੱਡੀ ਦੇ ਵਿੱਚ ਤਾਂ ਜੇ ਆਪਾਂ ਕਹੀਏ ਤਾਂ ਇਹ ਸਕੂਲ ਇਸ ਇਲਾਕੇ ਦਾ ਜਿਹੜਾ ਨੰਬਰ 1 ਸਕੂਲ ਆ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਲੋਕਡਾਊਨ ਦੇ ਦੌਰਾਨ ਮੇਰੇ ਘਰ ਬਹੁਤ ਜ਼ਿਆਦਾ ਪ੍ਰੋਬਲਮ ਆ ਗਈ ਸੀ ਜੋ ਕਿ ਮੈਂ ਆਪਣੇ ਬੱਚੇ ਨੂੰ ਖੁਦ ਹੈਂਡਲ ਨਹੀਂ ਕਰ ਪਾਈ ਸਕੂਲ ਵਾਲਿਆਂ ਨੇ ਟੀਚਰਸ ਨੇ ਇੰਨਾ ਸਾਥ ਦਿੱਤਾ ਕਿ ਮੇਰੇ ਬੱਚੇ ਨੂੰ ਉਸ ਪ੍ਰੋਬਲਮ ਤੋਂ ਬਾਹਰ ਕੱਢਿਆ ਅਤੇ ਇਸ ਤਰ੍ਹਾਂ ਦਾ ਟਾਈਮ ਆ ਗਿਆ ਸੀ ਕਿ ਮੇਰੇ ਬੱਚੇ ਨੂੰ ਸਮਝਾਉਣਾ ਬਹੁਤ ਮੁਸ਼ਕਲ ਹੋ ਗਿਆ ਸੀ ਪਰ ਟੀਚਰ ਜੀ ਨੇ ਬਹੁਤ ਜ਼ਿਆਦਾ ਸਾਥ ਦੇ ਕੇ ਮੇਰੇ ਬੱਚੇ ਨੂੰ ਇਸ ਪ੍ਰੋਬਲਮ 'ਚੋਂ ਬਾਹਰ ਕੱਢਿਆ ਅਤੇ ਅੱਜ ਮੇਰਾ ਬੱਚਾ ਬਹੁਤ ਮਿਹਨਤੀ ਅਤੇ ਇੰਟੈਲੀਜੈਂਟ ਬੱਚਾ ਹੈ ਪ੍ਰਿੰਸੀਪਲ ਮੈਮ ਬਹੁਤ ਵਧੀਆ ਨੇ ਨੇਚਰ ਦੇ ਜੋ ਕੋਈ ਪ੍ਰੋਬਲਮ ਹੁੰਦੀ ਹੈ ਐਂ ਨਹੀਂ ਹੈਗਾ ਵੀ ਅਸੀਂ ਮਿਲ ਨਹੀਂ ਸਕਦੇ ਜਾਂ ਕੋਈ ਵੇਟ ਕਰਨੀ ਪੈਂਦੀ ਹੈ ਸਾਨੂੰ ਉਹ ਉਹਦੀ ਸਾਡੇ ਨਾਲ ਹਰੇਕ ਗੱਲ ਸ਼ੇਅਰ ਕਰਦੇ ਹੈਗੇ ਹਰੇਕ ਪ੍ਰੋਬਲਮ ਦਾ ਸਲਿਊਸ਼ਨ ਸਾਨੂੰ ਕੱਢ ਕੇ ਦਿੰਦੇ ਹੈਗੇ ਸਾਨੂੰ ਬਹੁਤ ਖੁਸ਼ੀ ਹੈ ਕਿ ਟੀਚਰਸ ਇੰਨਾ ਸਹਿਯੋਗ ਦਿੰਦੇ ਹਨ ਅਤੇ ਸਾਨੂੰ ਆਸ ਹੈ ਕਿ ਇੱਦਾਂ ਹੀ ਸਾਡੇ ਬੱਚੇ ਨੂੰ ਸਹਿਯੋਗ ਮਿਲਦਾ ਰਹੇਗਾ ਅਤੇ ਪੜ੍ਹਾਈ ਵਿੱਚ ਅੱਗੇ ਵੱਧਦਾ ਰਹੇਗਾ ਸਾਨੂੰ ਆਸ ਹੈ ਕਿ ਸਾਡੇ ਬੱਚਿਆਂ ਦਾ ਭਵਿੱਖ ਇਸ ਸਕੂਲ ਵਿੱਚੋਂ ਬਹੁਤ ਵਧੀਆ ਉੱਭਰ ਕੇ ਸਾਹਮਣੇ ਆਵੇਗਾ ਜੋ ਇਸ ਸਕੂਲ ਦੀ ਮੈਨੂੰ ਬਹੁਤ ਵਧੀਆ ਚੀਜ਼ ਲੱਗੀ ਉਹ ਆ ਬੱਚਿਆਂ ਲਈ ਵੱਖ ਵੱਖ ਸਮੇਂ 'ਤੇ ਪਿਕਨਿਕ ਪ੍ਰੋਗਰਾਮ ਜੋ ਇਹ ਅਰੇਂਜਮੈਂਟ ਕਰਦੇ ਆ ਉਹ ਪਿਕਨਿਕ ਪ੍ਰੋਗਰਾਮ ਦੇ ਕਾਰਨ ਬੱਚੇ ਸਕੂਲ ਨਾਲ ਬਹੁਤ ਹੀ ਨਜ਼ਦੀਕੀ ਤੌਰ 'ਤੇ ਅਟੈਚ ਹੋ ਰਹੇ ਆ ਮਤਲਬ ਮੇਰੇ ਬੱਚਿਆਂ ਨੂੰ ਅੱਜ ਸਕੂਲ ਨਾਲ ਪਿਆਰ ਆ ਉਹ ਸਕੂਲ ਆਉਣ ਤੋਂ ਕਤਰਾਉਂਦੇ ਨਹੀਂ ਉਹ ਨਹੀਂ ਕਦੇ ਵੀ ਇਹ ਕਹਿੰਦੇ ਕਿ ਅਸੀਂ ਸਕੂਲ ਨਹੀਂ ਜਾਣਾ ਸਾਨੂੰ ਇਸ ਸਕੂਲ ਉੱਤੇ ਅਤੇ ਟੀਚਰਸ ਉੱਤੇ ਬਹੁਤ ਮਾਣ ਹੈ ਕਿ ਸਾਡੇ ਸਕੂਲ ਬੱਚੇ ਇਸ ਸਕੂਲ ਦਾ ਨਾਮ ਰੋਸ਼ਨ ਕਰਨਗੇ ਨਾਲ ਪੇਰੈਂਟਸ ਦਾ ਵੀ ਨਾਮ ਰੋਸ਼ਨ ਕਰਨਗੇ ਸਾਡੇ ਬੱਚੇ ਇੱਥੋਂ ਵੀ ਬਹੁਤ ਕੁਛ ਸਿੱਖ ਕੇ ਆਉਂਦੇ ਆ ਸੰਬੰਧੀ ਸਾਨੂੰ ਵੀ ਜਾ ਕੇ ਉਹ ਗੱਲ ਸਮਝਾਉਂਦੇ ਹੈਗੇ ਵੀ ਮੰਮਾ ਇਹ ਚੀਜ਼ ਐਂ ਹੁੰਦੀ ਹੈਗੀ ਇਹ ਚੀਜ਼ ਐਂ ਹੁੰਦੀ ਹੈਗੀ ਸਾਨੂੰ ਵੀ ਵਧੀਆ ਲੱਗਦਾ ਸਾਡੇ ਬੱਚੇ ਇਸ ਚੀਜ਼ ਬਾਰੇ ਬੋਲਦੇ ਨੇ ਪੜ੍ਹਾਉਣ ਦਾ ਤਰੀਕਾ ਬਹੁਤ ਜ਼ਿਆਦਾ ਸੋਹਣਾ ਹੈ ਅਸੀਂ ਇਸ ਸਕੂਲ ਦੀ ਪੜ੍ਹਾਈ ਤੋਂ ਬਹੁਤ ਜ਼ਿਆਦਾ ਖੁਸ਼ ਹਾਂ ਠੀਕ ਹੈ ਸਾਡਾ ਬੱਚਾ ਲਾਸਟ ਤੱਕ ਹੀ ਇਸ ਸਕੂਲ 'ਚ ਪੜ੍ਹਦਾ ਰਹੇਗਾ ਧੰਨਵਾਦ ਥੈਂਕ ਯੂ